ਜਿੱਦਾਂ ਨੇ ਖੇਡ ਕੇ ਆਇਆ 67 ਗੇਮਸ ਨੈਸ਼ਨਲਸ, ਅਤੇ ਉਹ 'ਚ 45 ਕਿਲੋ ਕਿਲੋ ਵਰਗ 'ਚ ਮੇਰਾ ਗੋਲਡ ਆਇਆ। ਇਸ ਖਿਡਾਰੀ 'ਚ ਉਹ ਸਾਰੀਆਂ ਕੁਆਲਿਟੀਆਂ ਨੇ ਜੋ ਇੱਕ ਚੰਗੇ ਖਿਡਾਰੀ 'ਚ ਹੋਣੀਆਂ ਚਾਹੀਦੀਆਂ ਨੇ। ਮੇਰਾ ਨਾਂ ਰਘੂ ਮਹਿਰਾ, ਮੈਂ ਸ਼ਕਰਗੜ੍ਹ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ 'ਚ ਪੜ੍ਹਨ ਵਾਲਾ 10ਵੀਂ ਕਲਾਸ ਦਾ ਵਿਦਿਆਰਥੀ ਹਾਂ, ਅਤੇ ਹੁਣ ਮੈਂ ਆਪਣਾ ਲੁਧਿਆਣੇ ਖੇਡ ਕੇ ਆਇਆ 67 ਗੇਮਸ ਨੈਸ਼ਨਲਸ, ਅਤੇ ਉਹ 'ਚ 45 ਕਿਲੋ ਕਿਲੋ ਵਰਗ 'ਚ ਮੇਰਾ ਗੋਲਡ ਆਇਆ। ਮੇਰਾ ਹੋਇਆ ਸੀ, ਮੇਰੇ 5 ਸਟੇਟਾਂ ਦਾ ਹੋਇਆ ਸੀ, ਮੇਰੇ ਮਣੀਪੁਰ ਸੀ, ਮਹਾਰਾਸ਼ਟਰ ਸੀ, ਆਂਧਰਾ ਪ੍ਰਦੇਸ਼ ਸੀ, ਆਪਣੀ ਦਿੱਲੀ ਸੀ, ਅਰੁਣਾਚਲ ਸੀ। ਮੈਂ ਅਰੁਣਾਚਲ ਪ੍ਰਦੇਸ਼ ਨਾਲ ਸੀ। ਮੈਂ ਉਸਨੂੰ ਚੌਕ, ਸਾਡੀ ਜਿੱਡੋ ਦੀ ਭਾਸ਼ਾ ਚੌਕ ਦੇ ਨਾਂ ਦੇ ਹਰਾਇਆ। ਹੋਰ ਕੀ ਅਚੀਵਮੈਂਟ, ਕਿਹੜੇ ਮਤਲਬ ਮੈਡਲ ਜਿੱਤੇ? ਮੈਂ ਪਿਛਲੇ ਸਾਲ ਨੈਸ਼ਨਲ ਸਬ ਜੂਨੀਅਰ ਨੈਸ਼ਨਲ 'ਚ ਮੈਂ ਚੇਨਈ ਗਿਆ ਸੀ, ਉਹ 'ਚੋਂ ਵੀ ਮੇਰਾ ਫਸਟ ਮੈਡਲ ਆ। ਮੈਂ ਸਵੇਰੇ 5 ਵਜੇ ਉੱਠਦਾ ਹਾਂ, ਸਵੇਰੇ ਮਤਲਬ ਕਿ ਇੱਥੇ ਹੀ ਆਉਂਦਾ ਮੈਂ, ਮਤਲਬ ਕਿ ਡੇਲੀ ਸਾਡੀ ਪ੍ਰੈਕਟਿਸ ਜਿਹੜਾ ਵੀ ਸਰ ਕਰਾਉਂਦੇ ਆ ਉਹੀ ਕਰਵਾਉਂਦੇ ਆ ਸਾਨੂੰ। ਯੋਗ ਸਾਨੂੰ ਹੋ ਗਿਆ 7-8 ਸਾਲ ਹੋ ਗਿਆ ਜਦੋਂ ਪਾਪਾ ਦੇ ਕਾਰਨ ਆਏ ਸੀ, ਆਪਾਂ ਪਾਪਾ ਦਾ ਸੁਪਨਾ ਪੂਰਾ ਕਰਨ ਵਾਸਤੇ ਆਏ ਸੀ। ਪਾਪਾ ਖਿਲਾੜੀ ਸੀ ਸਾਡੇ, ਜਿੱਡੋ ਦੇ ਪਲੇਅਰ ਸੀ। ਹੋਰ ਜਿੱਡੋ ਮੇਰਾ ਬ੍ਰਦਰ ਕਰਦਾ ਪਿਆ ਇਸ ਟਾਈਮ। ਹਾਂਜੀ ਹਾਂਜੀ, ਉਹ ਕਰਦੇ ਪਏ ਹਾਲੇ, ਮਤਲਬ ਕਿ ਹੁਣ ਛਾਤਰੀ ਸਰ ਦੇ ਥਰੂ ਲੱਗੇ ਦਾ, ਉੱਥੇ ਆਪਣੇ ਦੂਨ ਇੰਟਰਨੈਸ਼ਨਲ ਸਕੂਲ ਲੱਗੇ ਦੇ ਕੋਚ। ਮੈਂ ਇੰਟਰਨੈਸ਼ਨਲ ਮੈਡਲ ਜੀ, ਸਾਨੂੰ ਮਤਲਬ ਕਿ ਪੂਰੀ ਸਵੇਰੇ ਸ਼ਾਮ ਕਰਨੀ ਚਾਹੀਦੀ ਹੈ ਇਸ ਟਾਈਮ। ਰਘੂ ਮਹਿਰਾ ਜਿਹੜਾ 67ਵੀਆਂ ਸਕੂਲ ਨੈਸ਼ਨਲ ਗੇਮਸ ਦੇ ਵਿੱਚ ਜੋ ਲੁਧਿਆਣੇ ਹੋਈਆਂ ਸੀ ਉਹ 'ਚੋਂ ਗੋਲਡ ਮੈਡਲ ਲੈ ਕੇ ਜਿੱਤੇ ਆ, ਗੋਲਡ ਮੈਡਲ ਜਿਹੜਾ ਆਉਣਾ ਬਹੁਤ ਵੱਡੀ ਪ੍ਰਾਪਤੀ ਹੈ, ਕਿਉਂਕਿ ਜਦੋਂ 25 ਸਟੇਟਾਂ ਆਈਆਂ ਹੋਣ ਹਿੰਦੁਸਤਾਨ ਦੇ ਵਿੱਚੋਂ ਸਾਰੇ ਲੋਕ ਮੈਡਲ ਲੈ ਕੇ ਆਉਣ। ਇਹ ਮੈਡਲ ਉਸ ਸਮੇਂ ਆਇਆ ਜਦੋਂ ਰਘੂ ਮਹਿਰੇ ਦੇ ਫਾਦਰ ਦੀ 6 ਮਹੀਨੇ ਪਹਿਲਾਂ ਇੱਕ ਲੰਮੀ ਬਿਮਾਰੀ 'ਚ ਕਿਡਨੀ ਫੇਲਰ ਦੇ ਨਾਲ ਮੌਤ ਹੋ ਗਈ, ਅਤੇ 15-20 ਦਿਨ ਪਹਿਲਾਂ ਇੱਕ ਇਹਦੇ ਚਾਚੇ ਦੀ, ਨੌਜਵਾਨ ਚਾਚੇ ਦੀ ਜਿਹੜੀ ਆ ਉਹ ਡੈਥ ਹੋ ਗਈ ਐਕਸੀਡੈਂਟ ਦੇ ਵਿੱਚ। ਤਾਂ ਘਰ ਦੇ ਵਿੱਚ ਬਹੁਤ ਹੀ ਗਮਗੀਨ ਮਾਹੌਲ ਸੀ, ਉਸ ਮਾਹੌਲ ਦੇ ਵਿੱਚ ਇਸ ਖਿਡਾਰੀ ਦਾ ਮਨੋਬਲ ਜਿਹੜਾ ਕਾਇਮ ਰਹਿਣਾ, ਆਪਣੇ ਫਾਦਰ, ਕਿਉਂਕਿ ਇਹਦਾ ਫਾਦਰ ਜਿਹੜਾ ਮਨੋਜ ਕੁਮਾਰ ਛੱਗੜ ਸਕੂਲੇ ਮੇਰੇ ਕੋਲ ਜੂਡੋ ਕਰਦਾ ਹੁੰਦਾ ਸੀ, ਉਹਦਾ ਇੱਕ ਸੁਪਨਾ ਸੀ ਕਿ ਮੈਂ ਇੰਟਰਨੈਸ਼ਨਲ ਬਣਾ, ਪਰ ਕਿਉਂਕਿ ਘਰ ਦੇ ਹਾਲਾਤ ਜਿਹੜੇ ਉਹਨਾਂ ਦੇ ਸੀ ਉਹ ਠੀਕ ਨਹੀਂ ਸੀ, ਉਹ ਹਾਲਾਤਾਂ ਦੇ ਵਿੱਚੋਂ ਨਹੀਂ ਉਹ ਗੇਮ ਨੂੰ ਕਰ ਸਕਿਆ, ਪਰ ਉਹਨੇ ਆਪਣੇ ਬੱਚੇ ਨੂੰ ਲਿਆ ਕੇ, 2 ਬੱਚੇ ਸੀ ਉਹਦੇ, ਇੱਕ ਲਕਸ਼ੇ ਅਤੇ ਇੱਕ ਇਹ, ਇਹਨਾਂ ਦੋਨਾਂ ਨੂੰ ਲਿਆ ਕੇ ਮੇਰੇ ਝੋਲੀ ਪਾਇਆ ਕਿ ਤੁਸੀਂ ਇਹਨਾਂ ਨੂੰ ਜੂਡੋ ਪਲੇਅਰ ਬਣਾਓ। ਜਦੋਂ ਵੀ ਉਹ ਆਪਣਾ ਆਉਂਦੇ ਸੀ ਇੱਥੇ ਤਾਂ ਬਾਹਰ ਬਹਿੰਦੇ ਸੀ, ਬਿਮਾਰ ਹੋਣ ਦੀ ਹਾਲਤ 'ਚ ਵੀ ਉਹ ਰੋਜ਼ ਆਪਣੇ ਬੱਚੇ ਦੀ ਗੇਮ ਦੇਖਣ ਆਉਂਦੇ ਸੀ, ਅਤੇ ਹਾਲਾਤ ਇਹ ਨੇ ਕਿ ਘਰ ਦਾ ਜਿਹੜਾ ਜਿੰਨਾ ਵੀ ਸਰਮਾਇਆ ਸੀ ਗਹਿਣਾ ਗੱਟਾ ਉਹ ਲੰਮੀ ਬਿਮਾਰੀ ਦੇ ਵਿੱਚ ਦਵਾਈਆਂ ਦੀ ਭੇਟ ਚੜ੍ਹ ਗਿਆ, ਅਤੇ ਉਸ ਹਾਲਾਤ ਦੇ ਵਿੱਚ ਰਘੂ ਮਹਿਰਾ ਨੂੰ ਇੱਕ ਟਾਰਗੇਟ 'ਤੇ ਲਿਆ ਕੇ ਰੱਖਣ ਲਈ ਸਾਡੇ ਸੈਂਟਰ ਦੇ ਜਿੰਨੇ ਵੀ ਪੁਰਾਣੇ ਖਿਡਾਰੀ ਸੀ, ਸਾਡੇ ਜਿਹੜੇ ਕੋਚ ਸੀ ਜਾਂ ਹੋਰ ਪ੍ਰਬੰਧਕ ਟੀਮ ਸੀ, ਉਹ ਟੀਮ ਨੇ ਦਿਨ ਰਾਤ ਇੱਕ ਕੀਤਾ, ਇਹਨਾਂ ਦੇ ਪਰਿਵਾਰ ਦਾ ਜਿੰਨਾ ਵੀ
ਜੋ ਵੀ ਅਸੀਂ ਕਰ ਸਕਦੇ ਸੀ ਉਹ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਤ ਕੀ ਸੀ? ਹਾਲਾਤ ਇਹ ਸੀ ਕਿ ਇੱਕ ਪਾਸੇ ਫਾਦਰ ਜਿਹੜਾ ਉਹ ਕਿਡਨੀ ਫੇਲਰ ਦੇ ਤੌਰ 'ਤੇ ਤੜਫ ਰਿਹਾ ਹੁੰਦਾ ਸੀ। ਇੱਕ ਛੋਟਾ ਜਿਹਾ 10x10 ਦਾ ਕਮਰਾ ਜਿਹਦੇ ਵਿੱਚ ਇੱਕ ਬੈੱਡ ਲੱਗਿਆ ਅਤੇ ਉਹ ਛੋਟਾ ਮੋਟਾ ਘਰ ਦੇ ਵਿੱਚ ਹੀ ਉੱਥੇ ਰਹਿੰਦੇ ਸੀ। ਉਹ ਰਹਿਣ ਦੇ ਵਿੱਚ ਵੀ ਫਿਰ ਵੀ ਇਹ ਸਾਰੀ ਰਾਤ ਭਾਵੇਂ ਨੀਂਦ ਪੂਰੀ ਨਹੀਂ ਕਰਦਾ ਸੀ, ਫਿਰ ਵੀ 5 ਵਜੇ ਉੱਠ ਕੇ ਸੈਂਟਰ ਆਉਣਾ, ਮਿਹਨਤ ਕਰਨੀ। ਮੈਂ ਸਮਝਦਾ ਇੱਕ ਚੰਗੇ ਪਲੇਅਰ ਦੇ ਵਿੱਚ ਜੋ ਗੁਣ ਹੋਣੇ ਚਾਹੀਦੇ ਨੇ, ਕਿਉਂਕਿ ਮਨ ਦੇ ਜੀਤੇ ਜੀਤ ਹੈ, ਮਨ ਦੇ ਹਾਰੇ ਹਾਰ। ਇਹ ਮਨ ਦੇ ਤੌਰ 'ਤੇ ਹਾਰਿਆ ਨਹੀਂ, ਉਹਦੇ ਹਾਰਨ ਉਹ ਤੋਂ ਤਕੜਾ ਹੋਇਆ। ਇਸ ਖਿਡਾਰੀ 'ਚ ਉਹ ਸਾਰੀਆਂ ਕੁਆਲਿਟੀਆਂ ਨੇ ਜੋ ਇੱਕ ਚੰਗੇ ਖਿਡਾਰੀ 'ਚ ਹੋਣੀਆਂ ਚਾਹੀਦੀਆਂ ਨੇ। ਮੈਂ ਤਾਂ ਇਹਨੂੰ ਆਪਣੇ ਸੈਂਟਰ ਦਾ ਉੱਪਰ ਦਾ ਜਿਹੜਾ ਡਾਕਟਰ ਜਕਾਰੋ ਕਾਨੋ ਕਹਿੰਦਾ, ਕਿਉਂਕਿ ਇਹ ਇਕੱਲਾ ਆਪਣੇ ਲਈ ਨਹੀਂ ਖੇਡਦਾ, ਇਹ ਖੇਡਦਾ ਸਮੁੱਚੀ ਟੀਮ ਲਈ ਹੈ। ਇਹਨੂੰ ਅਸੀਂ ਸਬ ਜੂਨੀਅਰ ਟੀਮ ਦਾ ਕੈਪਟਨ ਬਣਾਇਆ ਹੋਇਆ। ਇਹ ਸਵੇਰੇ ਲਗਾਤਾਰ ਉਹਨਾਂ ਬੱਚਿਆਂ ਦੇ ਨਾਲ ਪ੍ਰੈਕਟਿਸ ਕਰਦਾ, ਲਗਾਤਾਰ ਮਿਹਨਤ ਕਰਦਾ, ਸਵੇਰੇ 5 ਵਜੇ ਆਉਂਦਾ। ਪੜ੍ਹਾਈ ਦਾ ਪ੍ਰੈਸ਼ਰ ਵੀ ਹੈ, 10ਵੀਂ ਕਲਾਸ ਹੈ, ਛੱਗੜ ਸਕੂਲ ਦਾ ਇਹ ਵਿਦਿਆਰਥੀ ਹੈ। ਮੈਂ ਸਮਝਦਾ ਇੱਕ ਡਾਇਟ ਜਿਹੜੀ ਹੁੰਦੀ ਹੈ ਇੱਕ ਖਿਡਾਰੀ ਦੇ ਲਈ ਬਹੁਤ ਜ਼ਰੂਰੀ ਹੁੰਦੀ ਹੈ। ਉਹ ਡਾਇਟ ਜੇ ਘਰ ਦੇ ਵਿੱਚ ਗਰੀਬੀ ਹੈ, ਘਰ ਦੇ ਹਾਲਾਤ ਇਹ ਨਹੀਂ ਕਿ ਉਹ ਪੂਰੀ ਕਰ ਸਕੇ, ਤਾਂ ਇਹਦੇ ਲਈ ਸਾਡੇ ਜਿਹੜੇ ਸੀਨੀਅਰ ਖਿਡਾਰੀ ਸਤੀਸ਼ ਕੁਮਾਰ ਨੇ ਜਾਂ ਕੋਈ ਹੋਰ ਨੇ, ਉਹ ਜਾਂ ਪੰਜਾਬ ਪੁਲਿਸ ਦੇ ਖਿਡਾਰੀ ਨੇ, ਉਹਨਾਂ ਖਿਡਾਰੀਆਂ ਨੇ ਯਤਨ ਕਰਕੇ ਇਹਦੀ ਡਾਇਟ ਦਾ ਜਿਹੜਾ ਪ੍ਰਬੰਧ ਕੀਤਾ। ਕਿਉਂਕਿ ਸਰਕਾਰ ਵੱਲੋਂ ਜਿਹੜੀ ਡਾਇਟ ਮਿਲਦੀ ਉਹ ਸਿਰਫ 6 ਮਹੀਨੇ ਮਿਲਦੀ ਹੈ। ਜੁਲਾਈ 'ਚ ਉਹ ਡਾਇਟ ਸ਼ੁਰੂ ਕੀਤੀ ਅਤੇ 31 ਦਸੰਬਰ ਨੂੰ ਜਿਹੜੀ ਉਹ ਡਾਇਟ ਬੰਦ ਹੋ ਗਈ 125 ਰੁਪਏ ਡਾਇਟ ਦੇ ਨਾਲ, ਜਦੋਂ ਕਿ ਸਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਇੱਕ ਛੋਟੇ ਵਿਦਿਆਰਥੀ ਦਾ ਜਿਹੜਾ ਪਾਵਰ ਗੇਮ ਕਰਦਾ ਹੈ ਉਹਦੀ 450 ਰੁਪਏ ਡਾਇਟ ਜਿਹੜੀ ਹੈ ਉਹ ਰਿਕਮੈਂਡ ਕੀਤੀ ਹੈ। ਅਤੇ ਜਿਹੜੀਆਂ ਜੂਡੋ ਦੇ ਲਈ ਕਰਨ ਵਾਸਤੇ ਕਿੱਟਾਂ ਦੀ ਲੋੜ ਹੈ, ਸਮਾਨ ਦੀ ਲੋੜ ਹੈ, ਉਹ ਸਮਾਨ ਬਹੁਤ ਮਹਿੰਗਾ ਹੈ। ਜਿਹੜੀ ਇੱਕ ਇੰਟਰਨੈਸ਼ਨਲ ਖਿਡਾਰੀ ਬਣਨ ਲਈ ਜੇ ਕਹਿੰਦਾ ਸੁਪਨਾ ਪੂਰਾ ਕਰਨਾ ਤਾਂ ਉਹ ਕਿੱਟ 30,000 ਰੁਪਏ ਦੀ ਆਉਣੀ ਹੈ। ਅਤੇ ਪਰ ਇਹ ਕਿਉਂਕਿ ਇਹ ਜਿਹੜੀ ਕਿੱਟ ਪਾ ਕੇ ਖੇਡਦਾ ਉਹ ਕਿੱਟ ਤਾਂ ਮਸਾਂ ਹੀ 3-4,000-5,000 ਰੁਪਏ ਦੀ ਕਿੱਟ ਹੈ, ਪਰ ਉਹ ਵੀ ਇਹ ਖਰੀਦ ਨਹੀਂ ਸਕਦਾ। ਜੇ ਇੰਟਰਨੈਸ਼ਨਲ ਬਣਨਾ ਤਾਂ ਇਹਦੇ ਲਈ ਪਾਸਪੋਰਟ ਬਣਾਉਣਾ ਪੈਣਾ। ਪਾਸਪੋਰਟ ਇਹਦਾ ਇਕੱਲੇ ਦਾ ਨਹੀਂ ਬਣਨਾ, ਸਾਰੇ ਪਰਿਵਾਰ ਦਾ ਬਣਨਾ, ਅਤੇ ਉਹਦੇ ਲਈ ਵੀ ਪੈਸੇ ਦੇ ਖਰਚਣ ਦੀ ਲੋੜ ਹੈ। ਸੋ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਇੱਕ ਪਲੇਅਰ ਦੇ ਲਈ ਇੱਕ ਬਹੁਤ ਵੱਡਾ ਪ੍ਰਬੰਧ ਹੋਣਾ ਚਾਹੀਦਾ। ਸਰਕਾਰਾਂ ਨੂੰ ਇਕੱਲਾ ਵੱਡੇ ਵੱਡੇ ਬਿਆਨ ਨਹੀਂ ਲੱਗਣੇ ਚਾਹੀਦੇ।